ਹੇ ਬੱਲੇ 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 ਜੋਰ 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 ਨਿਊਜ਼ੀਲੈਂਡ ਦੇ ਕਹਿੰਦੇ ਖੇਡ ਗਰਾਊਂਡਾਂ ਦੇ ਵਿੱਚ ਮੁੰਡੇ ਨੇ ਮੇਮਾਂ ਨਚਾਤੀਆਂ ਮਿੱਤਰੋ ਉਹ ਕਹਿੰਦੇ ਬੁਰਜ ਲੱਟਾ ਵਾਲਾ ਰਵੀ ਆ ਗਿਆ ਰਵੀ ਆ ਗਿਆ ਤੇ ਕੀ ਫੈਸਲੇ ਪੁਆਇੰਟ ਕਹਿੰਦੇ ਰਵੀ ਦਾ ਪੁਆਇੰਟ ਕਹਿੰਦੇ ਰੇਡਰ ਦਾ ਪੁਆਇੰਟ ਕਹਿੰਦੇ ਬੁਰਜ ਲੱਟਾ ਵਾਲੇ ਦਾ ਅਗਲੀ ਕਬੱਡੀ ਪੰਡਤਾਂ ਦੇ ਮੁੰਡੇ ਦੀ ਪੈਣ ਲੱਗੀ ਆ ਮੇਰੇ ਮਿੱਤਰੋ ਥੋੜੇ ਦਿਨ ਪਹਿਲਾਂ ਵਾਹਿਗੁਰੂ ਨੇ ਧੀ ਦੀ ਦਾਤ ਬਖਸ਼ੀ ਹੈ ਇਸੇ ਕਬੱਡੀ ਦੇ ਖਿਡਾਰੀ ਨੂੰ ਬਦਵਾਲੀ ਆ ਸ਼ੇਰੂ ਕਬੱਡੀ ਪਾ ਰਿਹਾ ਜਾਫੀ ਚਾਰ ਨੇ ਲੈ ਵੀ ਪਹਿਲਾਂ ਵਾਲਾ ਇੱਕੋ ਜਿੱਕੀਆਂ ਨਿਕਰਾ ਏਦਾਂ ਲੱਗਦਾ ਜਿੱਦਾਂ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਦੀ ਟੀਮ ਦੇ ਖਿਡਾਰੀ ਖੇਡ ਰਹੇ ਸਹੀ ਗੱਲ ਲਾਲ ਰੰਗ ਦੇ ਕੱਛੇ ਵਿੱਚ ਪਾ ਕੇ ਗਰਾਊਂਡ ਦੇ ਆਲ ਚ ਆ ਜਾਂਦੇ ਸੀ ਤੇ ਆਹ ਕਹਿੰਦੇ ਖੇਡ ਵੀ ਸਿਰੇ ਦੀ ਹੁੰਦੀ ਸੀ ਕਬੱਡੀ ਨਾ ਝੋਟ ਛੋਟੇ ਦੀ ਲਓ ਕਹਿੰਦੇ ਛੋਟਾ ਨਾਟ ਝੋਟ ਕੁਲਵੀਰ ਔਰ ਨੂਰਪੁਰ ਦੀ ਧਰਤੀ ਦਾ 18 ਤਰੀਕ ਨੂੰ ਨੂਰਪੁਰੇ ਵਿੱਚ ਰੌਣਕ ਲੱਗਣੀ ਆ ਆਹ ਮੁੰਡਾ ਕਹਿੰਦੇ ਜ਼ਿਲ੍ਹੇ ਬਰਨਾਲੇ ਦਾ ਆਓ ਦੇਖ ਲਿਆ ਵੀ ਮੁੰਡਾ ਕਾਲਾ ਕਰਦਾ ਵੱਧ ਕੇ ਟਰਾਈ ਉੱਗੋ ਕਹਿ ਦੀ ਧਰਤੀ ਦਾ ਕਰਦਾ ਟਰਾਈ ਪੁਆਇੰਟ ਕਹਿੰਦੇ ਭਲਵਾਨ ਦੇ ਹਿੱਸੇ ਜੁੜਿਆ ਵਿੱਚ ਵਾਧਾ ਹੋਇਆ ਹੁਣ ਦੇਖਾਂਗੇ ਵੀ ਜਾਫੀ ਜੋਤੀ ਵਰਗੇ ਹੈਰੀ ਵਰਗੇ ਤੇ ਕੌਣ ਮੁੰਡਾ ਅੱਗੇ ਪਾਲ ਵਰਗੇ ਤੇ ਬੂਰੇ ਵਰਗੇ ਕਿਹੜਾ ਮੁੰਡਾ ਲਾ ਜਫਾ ਬੱਲੇ ਬੱਲੇ ਕਰਵਾਵੇਗਾ ਪੈਗੀ ਰੇਡ ਸਾਹਮਣੇ ਕਹਿੰਦੇ ਜਗਮਾਲ ਵਰਗੀ ਧਰਤੀ ਦਾ ਬੂਰਾ 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 ਪਰ ਜਸ਼ਨ ਸਿੱਧਵਾਂ ਵਾਲੇ ਦਾ ਯਾਰ ਭੱਜ ਗਿਆ ਮੇਰੇ ਮਿੱਤਰੋ ਸਿੱਧਵਾਂ ਵਾਲੇ ਦਾ ਯਾਰ ਭੱਜ ਗਿਆ ਰਵੀ ਦੀਆਂ ਤਿੰਨ ਰੇਡਾਂ ਤੇ ਗੁਰਚਰਨ ਭਨੋੜ ਜੀ 1000 ਦੀਆਂ ਆ ਭਨੋੜ ਸਾਹਿਬ ਕਹਿੰਦੇ 1000 ਦਿੱਤਾ ਜਾਊ ਆ ਮੁੰਡੇ ਦੀਆਂ ਤਿੰਨ ਕਬੱਡੀਆਂ ਤੇ ਬੜੀ ਸਾਫ਼ ਸੁਥਰੀ ਦੀ ਕਬੱਡੀ ਪਾਵਾਂ ਆ ਫੰਮੇ ਨਾਲ ਖੇਡਦਾ ਮੁੰਡਾ ਇੱਕ ਦੇ ਜ਼ੋਰ ਨਾਲ ਕਬੱਡੀਆਂ ਪਾ ਜਾਂਦਾ ਦੂਜੇ ਪਾਸੇ ਬਰਨਾਲੇ ਵਾਲਾ ਵੱਜਿਆ ਛਾਤੀ ਦੇ ਵਿੱਚ ਐਂਡ ਸਾਹਮਣੇ ਟਾਕਰੇ ਸ਼ੇਰਾਂ ਦੇ ਆ ਕੈਨੇਡਾ ਦੇ ਸੇ ਬਦਵਾਲੀਆ ਸ਼ੇਰੂ ਤੇ ਬੋਲ ਜੋਗੇ ਦੇ ਉਹ ਖੇਡ ਮੈਦਾਨ ਚ ਜ਼ਿਲ੍ਹੇ ਲੁਧਿਆਣੇ ਦਾ ਕਹਿੰਦੇ ਸ਼ੇਰੂ ਰੇਡ ਪਾ ਰਿਹਾ ਜ਼ਿਲ੍ਹੇ ਲੁਧਿਆਣੇ ਦਾ ਬਦੋਵਾਲ ਪਿੰਡਾ ਤੇ ਗੱਲਾਂ ਚੱਲਦੀਆਂ ਜ਼ਿਲ੍ਹੇ ਲੁਧਿਆਣੇ ਦੇ ਕਹਿੰਦੇ ਸਰਾਭੇ ਪਿੰਡ ਦੀਆਂ 17 ਸਾਲਾਂ ਦੀ ਉਮਰ ਦੇ ਵਿੱਚ ਵੱਡੇ ਕਾਰਨਾਮੇ ਲੁਧਿਆਣਾ ਤੇ ਸਿਰਸਾ ਲੁਧਿਆਣੇ ਤੇ ਸਿਰਸਾ ਲੁਧਿਆਣਾ ਤੇ ਸਿਰਸਾ ਅੱਗੇ ਪਾਲ ਟਰਾਈ ਕਰਦਾ ਕਰੀ ਵਾਲੇ ਦੀ ਧਰਤੀ ਦਾ ਜਿਹੜੇ ਪਿੰਡ ਦੇ ਬੱਬੂ ਦੀ ਯਾਰੀ ਐਨ ਮੰਗੀ ਬੱਜੇ ਪਿੰਡ ਵਾਲੇ ਕਿੰਗ ਦੇ ਨਾਲ ਆ ਮੇਰੇ ਮਿੱਤਰੋ ਉਹ ਕਬੱਡੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਕੁਲਵੀਰ ਸਿੰਘ ਭਲਵਾਨ ਦੀ ਪੈ ਗਈ ਹੈ ਭਲਵਾਨ ਦੀ ਕਬੱਡੀ ਹੈ ਜਾਫੀ ਚਾਰ ਚਾਰ ਨੇ ਲੈ ਵੀ ਗੱਗੀ ਸਿਆ ਬਲਜੀਤ ਸਿੱਧੂ ਵੀ ਆ ਹੈ ਤੇਰਾ ਯਾਰ ਵੀ ਰਿਹਾ ਜੇ ਜੱਫਾ ਲਾਵੇ ਗੱਲ ਟਿਕਾਣੇ ਆ ਗੱਗੀ ਜੈਮਲ ਸਿੰਘ ਵਾਲੇ ਦੀ ਧਰਤੀ ਦਾ ਦਲਜੀਤ ਸਿੱਧੂ ਦਾ ਯਾਰ ਕਰਾ ਗਿਆ ਉਹ ਬੱਲੇ ਬੱਲੇ ਕਰਾ ਗਿਆ ਸਵਾਲ ਆ ਗਿਆ ਜੱਫੇ ਲੱਗੇ ਦਾ
ਆ ਗਿਆ ਸਵਾਦ, ਕਹਿੰਦੇ ਆ ਗਿਆ ਸਵਾਦ ਨੇ ਮੁੱਲ ਮੋੜਤਾ ਰੂਮੀ ਪਿੰਡ ਵਾਲਾ ਰਾਜੂ ਕਹਿੰਦਾ ਕਾਲੀ ਦੀਆਂ ਤਿੰਨ ਕਬੱਡੀਆਂ ਤੇ ਕਹਿਆ ਔਰ ਸ਼ੇਰੂ ਦੀਆਂ ਵੀ ਤਿੰਨ ਕਬੱਡੀਆਂ ਤੇ ਕਹਿਆ ਰਾਜੂ ਰੂਮੀ ਵੱਲੋਂ ਉਹ ਪਹਿਲੀ ਕਬੱਡੀ ਤੇ ਹੀ ਮੋੜ ਬਣਾਤਾ ਉਹ ਜੋਤੀ ਨੇ ਕਹਿੰਦੇ ਮੋਰ ਬਣਾਤਾ ਪਹਿਲੀ ਰੇਡ ਤੇ ਮੋਰ ਬਣਾਤਾ ਜਾਈ ਨੇ ਕਬੱਡੀ ਦੇ ਤੇ ਕਹਿੰਦੇ ਸੱਚੇ ਆਸਕਾ ਗੱਲਾਂ ਐਵੇਂ ਨਹੀਂ ਠੋਕੀਆਂ ਗੱਲਾਂ ਨਹੀਂ ਰੋਡ ਦੇ ਗਰਾਊਂਡ ਦੇ ਵਿੱਚ ਉਹ ਸਿਰ ਤੋਂ ਪੈਸੇ ਪਾਰ ਦਿੰਦੇ ਆ ਪਲੇਅਰਾਂ ਦੇ ਗੁਰਚਰਨ ਭਨੋੜ ਜੀ ਬੈਠੇ ਆ ਖੇਡ ਮੈਦਾਨ ਦੇ ਵਿੱਚ ਉਹ ਬੈਠੇ ਆ ਭਨੋੜ ਸਾਹਿਬ ਪਰ ਰਵੀ ਦੀ ਕਬੱਡੀ ਤੇ ਫਿਰ 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 ਜੈਮਲ ਸਿੰਘ ਵਾਲੇ ਦੀ ਧਰਤੀ ਦਾ ਗੱਗੀ ਖੁੰਝ ਗਿਆ ਮੇਰਾ ਮਿੱਤਰੋ ਅੰਕ ਰਵੀ ਦੇ ਹਿੱਸੇ ਵਿੱਚ ਜੁੜਦਾ ਹੋਇਆ ਤੇ ਬਦਵਾਲੀਏ ਸ਼ੇਰ ਦੀਆਂ ਤਿੰਨ ਕਬੱਡੀਆਂ ਤੇ ਵੀ ਰਾਜੂ ਰੂਮੀ ਵੱਲੋਂ 1000 1000 ਸਾਹਮਣੇ ਪੈ ਗਈ ਰੇਡ ਜੋਤੀ ਕਹਿਣੀ ਨੂੰ ਜਗਮਾਲ ਵਾਲੀ ਦਾ ਕਹਿੰਦੇ ਪੂਰਾ ਆ ਜੋਤੀ ਆ ਜੋਤੀ ਆ ਜਾਂਦਾ ਕੱਲ ਠੋਕੀ ਇਹ ਆ ਜੋਤੀ ਆ ਇਹ ਜੋਤੀ ਠਾ ਇਹ ਭੱਲੇ ਭੱਲੇ ਜੋਰ 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 ਉਹ ਸਵਾਦ ਆ ਗਿਆ ਤਾਂ ਤਾੜੀ ਮਾਰ ਦੋ ਇਹਦੇ ਤੇ 1000 ਵਾਲੀਆਂ ਪਹਿਲੀਆਂ ਪਹਿਲੀਆਂ ਹੀ ਫੜ ਲਈਆਂ 60 ਸੈਕਿੰਡਾਂ ਵਿੱਚ 2000 ਬਣਾ ਲਿਆ ਉਹ ਕਬੱਡੀ ਜੱਸੂ ਦੀ ਉਹ ਜੱਸੂ ਪਹਿਲਾਂ ਵੀ ਸਿਰੇ ਦੀਆਂ ਪਾ ਗਿਆ ਜੱਸੂ ਸਾਥ ਦੇਣਾ ਪੈਣਾ ਸਾਹਮਣੇ ਕਹਿੰਦੇ ਰੇਡ ਪੈ ਗਈ ਉਹ ਕਾਲਾ ਉਹ ਗੋਗਰੀ ਧਰਤੀ ਦਾ ਜ਼ਿਲ੍ਹੇ ਬਰਨਾਲੇ ਦਾ ਕਾਲਿਆ ਸਾਹਮਣੇ ਮੁੰਡੇ ਕਾਲਿਆ ਸਾਹਮਣੇ ਮੁੰਡੇ ਉੱਡ ਜਾਣਾ ਉੱਡ ਜਾਣਾ ਇਹਨੇ ਉੱਡ ਜਾਣਾ ਇਹਨੇ ਉੱਡ ਜਾਣਾ ਹਾਂ ਪੁਆਇੰਟ ਲੈ ਕੇ ਮੁੰਡਾ ਅੰਕ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਹੈ ਮੰਗਲ ਅਰਜਨ ਤੇ ਤੀਰ ਵਾਂਗੂ ਖੜੀ ਆ ਸਾਡੇ ਰੈਫਰੀ ਦੀ ਵੀ ਪੁਆਇੰਟ ਰੇਡਰ ਦੇ ਹਿੱਸੇ ਆ ਤੇ ਯਾਰ ਦੀ ਰੇਡ ਪੈ ਰਹੀ ਆ ਮਿੱਤਰੋ ਕਾਲੀ ਕਹਿੰਦੇ ਸਿੱਧਵਾ ਵਾਲਾ ਰੇਡ ਪਾ ਰਿਹਾ ਉਹ ਮੁੰਡਿਓ ਜੱਫਾ ਲਾਉਣਾ ਪੈਣਾ ਉਹ ਜੱਫਾ ਲਾਉਣਾ ਪੈਣਾ ਖੇਡ ਮੈਦਾਨ ਚ ਹੈਰੀ ਆ ਪਹਾੜ ਜਿੱਡਾ ਮੁੰਡਾ ਪਹਾੜ ਜਿੱਡਾ ਮੁੰਡਾ ਪਰ ਸਰੀਰ ਭਾਵੇਂ ਪਹਾੜ ਜਿੱਡਾ ਪਰ ਜਦ ਮਿਲਦਾ ਹੈ ਨਾ ਕਿਸੇ ਨੂੰ ਇੰਨੀ ਮਿੱਠੀ ਬੋਲੀ ਨਾਲ ਮਿਲਦਾ ਤੇ ਤੀਜੀ ਪੈ ਗਈ 1000 ਦੀ ਸਫਲ ਪੈ ਗਈ ਤੀਜੀ ਕਬੱਡੀ ਸਫਲ ਪੈ ਗਈ ਖੇਡ ਮੈਦਾਨ ਦੇ ਵਿੱਚ ਉਹ ਕਹਿੰਦੇ ਸ਼ੇਰੂ ਬੱਦੋਵਾਲ ਦੀ ਧਰਤੀ ਦਾ ਜਿੱਥੇ ਗੱਡੀਆਂ ਦਿੱਤੀਆਂ ਜਾਂਦੀਆਂ ਮਿੱਤਰੋ ਪਹਿਲਾਂ ਰੀਤ ਉਹ ਕਾਰਾਂ ਦੇਣ ਦੀ ਬੱਦੋਵਾਲ ਦੇ ਵਿੱਚ ਪਈ ਆ ਖੇਡ ਮੈਦਾਨ ਚ ਟੱਕਰ 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 ਠਾ ਕੈਨੇਡਾ ਵਿੱਚ ਜਾ ਵਸਿਆ ਆਇਆ ਗੋਲਾ ਸਿੱਧਵਾ ਵਾਲਾ ਜਿਹਦੇ ਕੁਝ ਫੇਤੇ 3100 ਦਿੱਤਾ ਜਾਊ ਮੇਰੇ ਵੀਰੋ 3100 ਦੇਖਦੇ ਵੀ ਕਾਲੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੁਣ ਚਾਰ ਤਿਆਰ ਨੇ ਚਾਰਾਂ ਵਿੱਚੋਂ ਕਿਹੜਾ ਡੱਕੇਗਾ ਕਿਹੜਾ ਰੱਖੇਗਾ ਗੱਲ ਸਮੇਂ ਦੀ ਆ ਪਈ ਟੱਚ ਕਾਲੀ ਸਿੱਧਵਾ ਵਾਲੇ ਦੇ ਲਈ ਜਸ਼ਨ ਸਿੱਧੂ ਸਿਨਮਾ ਕੈਨੇਡਾ ਵੱਲੋਂ 1000 ਦੇ ਮਾਣ ਨੇ ਵੱਡਾ ਵੀਰ ਆਇਆ ਹੋਇਆ ਜਸ਼ਨ ਦਾ ਵੱਡੇ ਡਾਲਰ ਭੇਜੇ ਆ ਕਦੇ ਪ੍ਰਦੀਪ ਲਈ ਕਦੇ ਕਾਲੀ ਲਈ ਹੋਰ ਮਾਣ ਰਵੀ ਦੀ ਕਬੱਡੀ ਤੇ ਕਬੱਡੀ ਕਬੱਡੀ ਕਬੱਡੀ
ਕਬੱਡੀ ਕਬੱਡੀ ਕਬੱਡੀ ਕਬੱਡੀ ਹੋ ਗਈ ਅੱਜ ਜਾਂਗਪੁਰ ਦੇ ਵਿੱਚ। ਲੈ ਵੀ ਜੱਸੀ ਖੋਸਾ ਆਓ ਮੇਲਾ ਸ਼ਰੇ ਦਾ ਤੇ ਗੁਲਜ਼ਾਰ ਸਿੱਧਵਾਂ ਨੇ ਵੱਡੇ ਵੱਡੇ ਮੱਲ ਕਹਿੰਦੇ ਮੂਧੇ ਕਰਿਆ ਪਹਿਲੀਆਂ ਦੇ ਵਿੱਚ ਗੱਲਾਂ ਸ਼ਰੇ ਲੱਗੀਆਂ ਨੇ। ਆਓ ਖੇਡ ਮੈਦਾਨ ਦੇ ਵਿੱਚ ਗਰੇਡ ਪਾਉਣ ਦੇ ਲਈ ਕਾਲੀ ਤੇ ਚਾਰ ਆਓ ਜਾਫੀ ਪਿਆਰ ਆਓ ਡਬਲ ਟੱਚ ਇਹ ਮੀਆਂ ਸਦਵਾਲੀਆ ਜਿਹਨੇ ਕਬੱਡੀ ਦਿਲ ਤੋਂ ਦੇਖੀ ਹੈ ਜਿਹਨੇ ਕਬੱਡੀ ਨੇੜਿਓਂ ਦੇਖੀ ਹੈ ਜੇ ਹੁਣ ਨਾ ਕਰਾਈ ਬਹਿ ਜਾ ਬਹਿ ਜਾ ਉਹ ਫਿਰ ਕਰਵਾਵਾਂਗੇ ਕਦੋਂ ਫਿਰ ਕਰਵਾਵਾਂਗੇ ਕਦੋਂ ਅੱਜ ਤੇ ਬਹਿ ਜਾ ਬਹਿ ਜਾ ਕਰਵਾਤੀ ਮੋਨੂ ਅੱਜ ਤੇ ਬਹਿ ਜਾ ਬਹਿ ਜਾ ਕਰਵਾਤੀ ਅੱਜ ਤੇ ਸਿਰੇ ਸਿਰੇ ਦੇ ਮੱਲ ਆਏ ਤੇ ਹਰ ਇੱਕ ਮੈਚ ਖੜਕਿਆ ਇਹਨਾਂ ਵੱਲੋਂ 1000 ਦੇ ਮਾਨ ਹੋਣਗੇ ਜਿੱਤਣ ਵਾਲੀ ਟੀਮ ਦੇ ਲਈ ਕਾਲੀ ਸਿਨਮਾ ਵਾਲਾ ਸਿਨਮਾ ਵਾਲਾ ਫਿੱਟ ਦੇ ਸਰੀਰ ਦਾ ਬਾਈ ਗਲ ਵਿੱਚ ਗਾਨੀ ਹੋਈ ਹੈ ਉਹ ਦੂਜੇ ਪਾਸੇ ਸਰਸੇ ਵਾਲਾ ਹਰਿਆਣੇ ਵਾਲਾ ਕਰੀ ਵਾਲਾ ਪਿੰਡ ਦਾ ਉਹ ਦੂਜੇ ਪਾਸੇ ਆ ਗਿਆ ਪਾਲ ਤੇ ਕਾਲੀ ਕਾਲੀ ਤੇ ਆ ਗਿਆ ਪਾਲ ਆ ਕ੍ਰਿਕਟ ਦੇ ਸਿਰ ਜੁੜਦਾ ਹੋਇਆ ਅਗਲੀ ਕਬੱਡੀ ਪੁੱਜ ਲੱਟਾਂ ਵਾਲੇ ਰਵੀ ਦੀ ਉਹਨਾਂ ਚੱਲਾ ਤੱਕ ਤੇ ਪੈਣੀ ਹੈ ਦੂਜਾ ਸੈਮੀ ਫਾਈਨਲ ਚੱਲ ਰਿਹਾ 60 ਕਿਲੋ ਦੀਆਂ ਫਾਈਨਲ ਦੀਆਂ ਟੀਮਾਂ ਆ ਜਾਣ ਰਵੀ ਦੀ ਕਬੱਡੀ ਵੀਰਿਆ ਕਰਦੇ ਗੱਲ ਲਓ ਰਵੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਗੋਲਾ ਖੜਾ ਕਿਨੂੰ ਜੱਗੂ ਕਹਿੰਦੀ ਆ ਦੁਨੀਆ ਛੋਟਾ ਜੱਗੂ ਗੋਲਾ ਖੜਾ ਮੁੰਡਾ ਸਿੱਧਵਾਂ ਵਾਲਾ ਬਿੰਦਰ ਵੀ ਆਇਆ ਹੋਇਆ ਸਾਡਾ ਕਹਿੰਦਾ ਜਿਹੜੀ ਟੀਮ ਜਿੱਤੂ ਮੋਨੂ ਉਹਦੇ ਸਿਰ ਤੋਂ ਅੱਜ 1000 ਮਾਰ ਦੇਣਾ ਸੇਰੂ ਦੀ ਰੇੜ ਚੱਕ ਲਾ ਮੈਕ ਕਰਦੇ ਸਿਫਤ ਮੁੰਡਿਆਂ ਦੀ ਹਾਂ 1000 ਦੇ ਮਾਨ ਹੋਣਗੇ ਪਰ ਦੂਜੇ ਪਾਸੇ ਹੈਰੀ ਹੈਰੀ ਤੇ ਸ਼ੇਰੂ ਹੈਰੀ ਤੇ ਸ਼ੇਰੂ ਮੇਰੇ ਮਿੱਤਰੋ ਪੁਆਇੰਟ ਰੇਡਰ ਦੇਸੇ ਹੈ ਕੋਈ ਨੀ ਸ਼ੇਰੂ ਪਿਆਰ ਦੇ ਨਾਲ ਵੱਜਦੀ ਹੈ ਨੀ ਕਿਤੇ ਪਿਆਰ ਦੇ ਨਾਲ ਵੱਜਦੀ ਹੈ ਨੀ ਕਿਤੇ ਪਿਆਰ ਦੇ ਨਾਲ ਕੋਈ ਗੱਲ ਨੀ ਪਿਆਰ ਦੇ ਨਾਲ ਵੀਰੋ ਪਿਆਰ ਦੇ ਨਾਲ ਆਓ ਕਬੱਡੀ ਫਿਰ ਕੁਲਵੀਰ ਸਿੰਘ ਪਹਿਲਵਾਨ ਦੀ ਕੁਲਵੀਰ ਸਿੰਘ ਪਹਿਲਵਾਨ ਪਾ ਰਿਹਾ ਉਹ ਹੈਰੀ ਮੈਂ ਤੇ ਹਜੇ ਹੁਣੇ ਹੀ ਕਿਹਾ ਸੀ ਮਿੱਠੇ ਮਿੱਠੇ ਬੋਲ ਬੋਲਦਾ ਵੀਰਿਆ ਪਿਆਰ ਦੇ ਨਾਲ ਕੋਈ ਗੱਲ ਨੀ ਲਓ ਕਬੱਡੀ ਆਓ ਕਬੱਡੀ ਕਬੱਡੀ ਖੇਡ ਮੈਦਾਨ ਦੇ ਵਿੱਚ ਵਾਹ ਓਏ ਗੱਗੀ ਖੇਡ ਮੈਦਾਨ ਦੇ ਵਿੱਚ ਕਬੱਡੀ ਜਿਹੜਾ ਪੁਆਇੰਟ ਹੋਲਡ ਕੀਤਾ ਸੀ ਉਹ ਸਾਡੇ ਰਾਮ ਸਿੰਘ ਜੀ ਕਟੋਲੀ ਥਾਣੇ ਥਾਣੇਦਾਰ ਸਾਹਿਬ ਨੇ ਦੇਖ ਲਿਆ ਉਹ ਰੇਡਰ ਦਾ ਹੀ ਪੁਆਇੰਟ ਹੈ ਬੁਰਜ ਲੱਟਾਂ ਦੀ ਧਰਤੀ ਦੇ ਜੋਤੀ ਵੀ ਸੋਹਣੇ ਜੱਫੇ ਲਾਉਂਦਾ ਸਾਹਮਣੇ ਪੈ ਗਿਆ ਮਗਰ ਉਹ ਜੱਫਾ ਲਾ ਪਾਊ ਕਿ ਨਹੀਂ ਮਿੱਤਰੋ ਆ ਪੂਰਾ ਪੂਰਾ ਕਹਿੰਦੀ ਦੁਨੀਆ ਪੂਰਾ ਪੂਰਾ ਕਹਿੰਦੀ ਹੈ ਜਗਮਾਲ ਵਾਲੀ ਦੀ ਧਰਤੀ ਦਾ ਪੂਰਾ ਜੱਫਾ ਲਾ ਗਿਆ ਹੱਕ ਆਪਣੀ ਟੀਮ ਦੇ ਹਿੱਸੇ ਵਿੱਚ ਜੋਰ ਜਾ ਮੇਰੇ ਮਿੱਤਰੋ ਅਗਲੀ ਕਬੱਡੀ ਕੌਣ ਮੁੰਡਾ ਪਾਵੇਗਾ ਕੌਣ ਰਵੀ ਰਵੀ ਪਾਉਣ ਦੇ ਲਈ ਬਲਿਆ ਹੋਇਆ ਹੁਣ ਦੇਖਾਂਗੇ ਕਾਲੇ ਕਹਿ ਗੋਲੇ ਨੂੰ ਛੋਟਾ ਕਹਿੰਦੇ ਮੁੰਡਾ ਹਾਕਮ ਵਾਲੀ ਦੀ ਧਰਤੀ ਦੇ ਜੱਗੂ ਨੂੰ ਬੜਾ ਪਿਆਰ ਕਰਦਾ ਇਹ ਗੋਲਾ ਗਾ ਮੁੰਡਾ ਜਿਹਨੂੰ ਛੋਟਾ ਜੱਗੂ ਕਹਿੰਦੀ ਹੈ ਦੁਨੀਆ ਤੇ ਸਾਹਮਣੇ ਪੁਆਇੰਟ ਰਵੀ ਇੱਕ ਤਕੜੇ ਨੰਬਰ ਦਾ ਵਾਧਾ ਕਰ ਗਿਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਸ਼ੇਰੂ ਬੱਦੋ ਵਾਲੀ ਧਰਤੀ ਦਾ ਮੋਨੂ ਚੱਕ ਰਹੇ ਮੈਕ ਲਓ ਕਹਿੰਦੇ ਸ਼ੇਰੂ ਆ ਜੋਤੀ ਕਰਦਾ ਟਰਾਈ ਤੇ ਪੁਆਇੰਟ ਕਹਿੰਦੇ ਸ਼ੇਰੂ ਬੱਦੋਵਾਲ ਦੀ ਧਰਤੀ ਦਾ ਆ ਕਹਿੰਦੇ ਕੁਲਵੀਰ ਹੈ ਨਾਟ ਝੋਟ ਕੇ ਦੁੱਧ ਤੋਂ ਮਲਾਈਆਂ ਜਾਰੋ ਚੱਟਦੇ ਖੇਡ ਖੇਡ ਕੇ ਕਬੱਡੀ ਬਾਵਾ ਖੱਟਦੇ ਸਾਡੀ ਕੌਮ ਦਾ ਇਹ ਸਰਮਾਇਆ ਤੇ ਪੰਜਾਬ ਦੀ ਇਹ ਸ਼ਾਨ ਮਿੱਤਰੋ ਇਹਨਾਂ ਹੀਰਿਆਂ ਤੇ ਰੰਗਲੇ ਪੰਜਾਬ ਨੂੰ ਸਦਾ ਰੋ ਮਾਣ ਮਿੱਤਰੋ
ਸਧਾਰੋ ਮਾਣ ਮਿੱਤਰੋ ਆਓ ਪੈਗੀ ਰੇਡ ਤੇ ਇੱਕ ਤਕੜੇ ਨੰਬਰ ਦਾ ਵਾਧਾ ਕਰ ਗਿਆ ਵਾਲੀ ਦੀ ਰੇਡ ਸਿੱਧਵਾ ਬੇਟ ਵਾਲੇ ਦੀ ਆਓ ਟੱਕਰ ਟੱਕਰ ਇਹਨੂੰ ਪੂਰਾ ਕਹਿੰਦੀ ਆ ਦੁਨੀਆ ਜਗਮਾਲ ਵਾਲੀ ਦੀ ਧਰਤੀ ਦਾ ਬੂਰਾ ਲਾ ਜੱਫਾ ਬੱਲਾ ਬੱਲੇ ਬੱਲੇ ਕਰਵਾ ਗਿਆ ਇਹ ਮੁੰਡੇ ਨੇ ਸਟਰਗਲ ਕੀਤਾ ਮਿਹਨਤ ਕੀਤੀ ਆ ਤੇ ਮਿੰਟਾਂ ਨਹੀਂ ਕਰੀਆਂ ਮੁੰਡਾ ਤਰੱਕੀ ਦੇ ਰਾਹ ਐ ਤੁਰਿਆ ਕਹਿੰਦੇ ਬੱਲੇ ਬੱਲੇ ਕਰਵਾਤੀ ਨਿਊਜ਼ੀਲੈਂਡ ਦੇ ਵਿੱਚ ਤੇ ਇੱਕ ਟਰੈਕਟਰ ਦਾ ਵੀ ਮੁੰਡਾ ਕਹਿੰਦੇ ਜੇਤੂ ਆ ਆਓ ਖੇਡ ਮੈਦਾਨ ਦੇ ਵਿੱਚ ਪੈ ਗਈ ਰੇਡ ਹੁਣ ਦੇਖਾਂਗੇ ਵੀ ਅੱਗੋ ਕਹਿੰਦੀ ਧਰਤੀ ਦਾ ਕਹਿੰਦੇ ਕਾਲਾ ਕਰਦਾ ਵੱਧ ਕੇ ਟਰਾਈ ਤੇ ਪੁਆਇੰਟ ਧਾਵੀ ਦਾ ਬਦਵਾਲੀ ਆ ਸ਼ੇਰੋ ਪੰਡਤਾਂ ਦਾ ਮੁੰਡਾ ਖੇਡਿਆ ਮਲੇਸ਼ੀਆ ਦੇ ਵਿੱਚ ਇੱਕ ਸਾਲ ਖੇਡਿਆ ਕਹਿੰਦੇ ਨਗਰਮੀਆਂ ਦੇ ਸੰਦੀਪ ਦੀ ਖੇਡ ਕਲੱਬ ਦੇ ਲਈ ਪਰ ਦੂਜੇ ਪਾਸੇ ਪੂਰਾ ਜਗਮਾਲ ਵਾਲੀ ਦਾ ਖੇਡ ਰਿਹਾ ਛੱਡੇ ਅੱਜ ਵਾਲੀ ਦੀ ਖੇਡ ਕਲੱਬ ਲਈ ਮੇਰੇ ਮਿੱਤਰੋ ਆ ਕੈਨੇਡਾ ਵੇਸੇ ਇੱਕ ਪੈ ਗਈ ਦੋ ਬਾਕੀ ਕਮੇਟੀ ਵੱਲੋਂ ਬਦਾਮ ਦਿੱਤੇ ਜਾਣਗੇ ਕਹਿੰਦੇ ਨਾਟ ਦੀ ਕਬੱਡੀ ਪੈ ਰਹੀ ਆ ਇਹ ਕਹਿੰਦੇ ਮੁੰਡਾ ਨੂਰਪੁਰੇ ਦੀ ਧਰਤੀ ਰਾਏਕੋਟ ਦਾ ਏਰੀਆ ਮਿੱਤਰੋ ਸਾਹਮਣੇ ਨਾਟ ਝੋਟ ਕਲਵੀਰ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੁਣ ਦੇਖਾਂਗੇ ਵੀ ਚਾਰ ਤਿਆਰ ਨੇ ਸਾਹਮਣੇ ਜਿੰਦਾ ਕੁਛ ਨੀ ਕੰਧ ਕੱਢੀ ਖੜੇ ਆ ਮੁੰਡੇ ਉਹ ਜਿਹੜੇ ਐਕਸ਼ਨ ਚ ਨੀ ਬੈਠ ਜੋ ਮੇਲਾ ਵੱਡਾ ਚੱਲਦਾ ਮੈਚ ਵੱਡਾ ਚੱਲਦਾ ਉਹ ਕਲਵੀਰ ਨੇ ਇੱਕ ਤਕੜੇ ਨੰਬਰ ਦਾ ਵਾਧਾ ਕਰ ਦਿੱਤਾ ਗੱਲਾਂ ਹੋਣਗੀਆਂ ਟਿਕਾਣੇ ਮੇਰੇ ਮਿੱਤਰੋ ਸਾਲਾ ਸਾਲ ਕਿਤਾਬ ਮਹਿਲਾ ਵਾਲਿਆ ਕਰਾਂਗੇ ਖੋਲਾਂਗੇ ਕਦੇ ਰਜਿਸਟਰ ਉਹ ਕਬੱਡੀ ਕਹਿੰਦੇ ਸਿੱਧਵਾ ਵਾਲੇ ਕਾਲੀ ਦੀ ਤੇ ਇੱਕ ਫਿਰ ਰੇਡਰ ਦੇ ਹਿੱਸੇ ਵਿੱਚ ਰੇਡਰ ਦੇ ਹਿੱਸੇ ਆ ਜਦੋਂ ਖੁੱਲੇ ਤੇ ਗੱਲਾਂ ਕਹਿੰਦੇ ਟਿਕਾਣੇ ਲੱਗਣੀਆਂ ਟਿਕਾਣੇ ਲੱਗਣੀਆਂ ਖੇਡ ਮੈਦਾਨ ਦੇ ਵਿੱਚ ਮੁੰਡਾ ਕਹਿੰਦੇ ਰਵੀ ਉਹ ਰੇਡ ਪਾਉਣ ਦੇ ਲਈ ਵਧਿਆ ਹੋਇਆ ਵਧਿਆ ਹੋਇਆ ਮੁੰਡਾ ਵਧਿਆ ਹੈ ਤੇ ਅੰਕ ਆਪਣੀ ਟੀਮ ਦੇ ਸਿਰ ਵਿੱਚ ਜੋੜ ਬਣਾਇਆ ਜਿਹੜੇ ਆਪ ਵੀ ਸ਼ਹੀਦ ਹੋ ਗਏ ਉਹਨਾਂ ਦੇ ਦੋ ਭਰਾ ਵੀ ਸ਼ਹੀਦ ਹੋ ਗਏ ਉਹਨਾਂ ਦੇ ਭਤੀਜੇ ਵੀ ਸ਼ਹੀਦ ਹੋ ਗਏ ਉਹਨਾਂ ਦੀ ਯਾਦ ਦੇ ਵਿੱਚ ਸਾਡੇ ਕੇ ਰਹੇਲੇ ਦੇ ਵਿੱਚ 19 ਤਰੀਕ ਨੂੰ ਚੋਟੀ ਚੋਟੀ ਦੇ ਸਟਾਰ ਪੁੱਜਣਗੇ ਰਵੀ ਕਹਿੰਦੇ ਮੁੰਡਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਡਾਊਨ ਟੂ ਅਰਥ ਬੰਦਾ ਸਾਹਮਣੇ ਵੇਖਾਂਗੇ ਵੀ ਆਹ ਮੁੰਡੇ ਦੇ ਵੀ ਲਗਾ ਬੜੇ ਤਕੜੇ ਆ ਇਹ ਗੱਗੀ ਆ ਜੈਮਲ ਸਿੰਘ ਵਾਲੇ ਦੀ ਧਰਤੀ ਦਾ ਨੰਬਰ ਰਵੀ ਨੇ ਜੋੜ ਦਿੱਤਾ ਲਓ ਖੇਡ ਮੈਦਾਨ ਚ ਕਹਿੰਦੇ ਕਾਲੀ ਰੇਡ ਪਾ ਰਿਆ ਕਾਲੀ ਖੇਡ ਮੈਦਾਨ ਦੇ ਵਿੱਚ ਹੁਣ ਦੇਖਾਂਗੇ ਵੀ ਚਾਰ ਤਿਆਰ ਨੇ ਬੁਰਜ ਲੱਟਾਂ ਵਾਲੇ ਹੈਰੀ ਕਹਿ ਜੋਤੀ ਨੂੰ ਕਹਿ ਕਹਿੰਦੇ ਪੂਰੇ ਨੂੰ ਕਹਿ ਆਗਿਆ ਪਾਲ ਨੂੰ ਵੀ ਜੱਫਾ ਲਾਉਣਾ ਪੈਣਾ ਸਾਹਮਣੇ ਵੇਖਦੇ ਆ ਵੀ ਕਰੀ ਪਿੰਡ ਵਾਲਾ ਉਹ ਮੁੰਡਾ ਆਗਿਆ ਪਾਲ ਉਹ ਦੇਖੋ ਸਾਹਮਣੇ ਅਰਸੇ ਦੀ ਗੱਲ ਚੱਲਦੀ ਆ ਨੰਬਰ ਰੇਡਰ ਦਾ ਜੀ ਨੰਬਰ ਰੇਡਰ ਦਾ ਤੁਹਾਡਾ ਹੋਲਡ ਵੀ ਖਤਮ ਆ ਵੀ ਰਿਹਾ ਨੰਬਰ ਰੇਡਰ ਦਾ ਆ ਕਬੱਡੀ ਕਹਿੰਦੇ ਜੱਸੂ ਦੀ ਫਿਰ ਦੂਜੇ ਪਾਸੇ ਕੱਕੀ 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 ਤੇ ਜੱਸੂ ਕੱਕੀ ਤੇ ਜੱਸੂ ਉਹ ਭੱਜ ਗਿਆ ਉਹ ਭੱਜ ਗਿਆ ਪਤਲਾ ਪਤੰਗ ਜਿਹਾ ਸਰੀਰ ਹੈ ਕਹਿੰਦੇ ਜੱਸੇ ਸਿੱਧਵਾ ਦੋਨਾਂ ਵਾਲੇ ਲਈ ਲੈਣਾ ਬੋਲੀਆਂ ਗਈਆਂ ਉਹ ਕਬੱਡੀ ਕਹਿੰਦੇ ਬਦੋਲੀ ਆਈ ਸ਼ੇਰੂ ਦੀ ਤੇ ਬੋਲ ਹਰਮਨਵੀਰ ਦੇ ਲੈ ਖੇਡ ਮੈਦਾਨ ਚ ਕਹਿੰਦੇ ਮੁੰਡਾ ਬਦੋਆਲ ਦੀ ਧਰਤੀ ਦਾ ਸ਼ੇਰੂ ਆ ਉਹ ਸ਼ੇਰੂ ਆ ਇਹ ਗਰਮੀਤ ਮੀਂਹ ਆ ਆਪ ਬੜਾ ਤਗੜਾ ਖੇਡਿਆ ਨਹੀਂ ਉਹ ਮੰਨਦਾ ਤੇ ਸਾਹਮਣੇ ਜੋਤੀ ਜੋਤੀ ਤੇ ਸ਼ੇਰੂ ਟੱਕਰ ਟੱਕਰ ਬਦੋਆਲ ਪਿੰਡ ਦਾ ਮੁੰਡਾ ਸ਼ੇਰੂ ਲੰਮੀ ਪਾਰੀ ਦਾ ਘੋੜਾ ਗੋਲਾ ਉਹ ਛੋਟਾ ਕਹਿੰਦੇ ਮੁੰਡਾ ਹੱਕ 30 ਸਾਲ ਦਾ ਜਾਊਗਾ ਜੱਫਾ ਲੱਗਿਆ
3300 ਜਸ਼ਨ ਸਿੱਧੂ ਵੱਲੋਂ ਪਰ ਕੈਨੇਡਾ ਦੇ ਸਿਰ ਵਿੱਚ ਜੁੜਦਾ ਹੋਇਆ ਉਹਨਾਂ ਭਰਾਵਾਂ ਦਾ ਵੀ ਖੁੱਲਾ ਸੱਦਾ ਹੈ ਵੀ ਸਾਰੇ ਖਿਡਾਰੀ ਆ ਸਕਦੇ ਆ, ਸੰਗਤ ਵੀ ਆ ਸਕਦੀ ਹੈ। ਉਹ ਕਬੱਡੀ ਕਾਲੀ ਦੀ ਤੇ ਮੁਰਦ ਲਿੱਟਾਂ ਵਾਲਾ ਹੈਰੀ ਹੋ ਗਿਆ ਪੂਰੇ, ਉਹ ਹੈਰੀ ਨੇ ਵੀ ਤੈ ਤੋੜਦੀ ਅਜ ਲਾਲਾ ਜਫੇ। ਦੋਨੇ ਵੀਰਾਂ ਨੇ ਬੜਾ ਤਕੜਾ ਪ੍ਰਦਰਸ਼ਨ ਕੀਤਾ, ਦੋਨੇ ਸਕੇ ਵੀਰ ਖੇਡਦੇ ਹੈਰੀ ਤੇ ਰਵੀ। ਮੈਚ ਸਮਾਪਤ, ਹੁਣ ਤਾਂ ਮੈਚ ਸਮਾਪਤ ਹੋ ਗਿਆ, ਹੁਣ ਤਾਂ ਛੱਡ ਦੋ ਜਿੱਦਾਂ ਉਧਰ ਪਿਆਰ ਨਾਲ, ਨਾ ਯਾਰ ਪਿਆਰ ਨਾਲ, ਹੁਣ ਮੈਚ ਸਮਾਪਤ ਹੋ ਗਿਆ, ਹੁਣ ਕਾਹਦੀ ਕਾਹਦੇ ਵਾਸਤੇ ਲੜਨਾ ਯਾਰ ਆਪਾਂ ਹੈਰੀ। ਅਵੀ ਖੇੜੀ ਮੈਨੂੰ ਸਾਡਾ ਮੋਟਾ ਹੀ ਲੱਗਦਾ, ਆਪਣਾ ਭਰਾ ਹੈ ਅਵੀ ਖੇੜੀ, ਕਾਕਾ ਖੇੜੀ, ਇੰਦਰ ਪੁਰਤਗਾਲ, ਜੱਗਾ ਕੈਨੇਡਾ, ਦਿਲਪ੍ਰੀਤ ਪੁਰਤਗਾਲ, ਹਰ ਜਸਵੰਤ ਜੀ, ਮੈਂ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ। ਜਿੱਤਣ ਵਾਲੀ ਟੀਮ ਦੇ ਲਈ 1000 ਬਾਈ ਹਰਦੀਪ ਸਿੰਘ ਦੀ ਚੀਮਾ, ਜਸਵੰਤ ਚੀਮਾ ਔਰ ਦਿਲਪ੍ਰੀਤ ਬਾਈ ਤੇ ਕਾਕਾ ਖੇੜੀ 1000 ਇਹਨਾਂ ਵੀਰਾਂ ਵੱਲੋਂ। ਜਿੱਤਣ ਵਾਲੀ ਟੀਮ ਬੁਰਜ ਲਿੱਟਾਂ ਦੇ